चुन्नी किधर चल गई? ग्रीन है, आ भी नहीं है। ओहो, हुन मार्केट जाना तो चुन्नी नहीं मिलंदी। दीदी ने पोस दिया ना कहानी कोई ना कोई। दीदी ग्रीन चुन्नी है तेरे का? मेरी मिलती नहीं पई, मार्केट जाना है मैं। नहीं संदीप, मैं तो ग्रीन चुन्नी है नहीं है, मैं नवा सूट सवाया, तू ही पा ला। और दीदी तू ही पाओगे ना? पहली बारी तू ही सवाया नवा सूट। ले तेरे चुते मेरे च कोई फर्क है? वही हो पाला नाले ट्राई हो जाऊगा, मैं अजे तक ट्राई नहीं करया। चलो ठीक है, चल दिनी मैं तेन सूट। हेलो, चाय पी लो मम जी। दीदी उठ गए तुम भी? हाँ जी, मैं उठी। मैं तो चाय दो कप ही बनाए, मैं कहा तुम सुते जे। चाय तो मेरा भी पीने दिल कर दिया संदीप। दीदी फिर की है, तुम पी लो, मैं हमने बना लेनी अपनी चाय। कोई नहीं संदीप, मैं बना लेनी हूँ। नहीं दीदी, कितना टाइम लगना कितना कर लो? ठीक, मैं हमने बना लेनी है, चाट बन जानी चाय। ले आओ बना फिर। हाँ जी ठीक। ਉਹਦੇ ਮੇਰੀ ਵੇਖ ਕਿੱਡੀ ਛੇਤੀ ਚਾਹ ਬਣਾਉਣ ਗਈ ਆ। ਜੇ ਕਿਤੇ ਮੈਂ ਕਹਿ ਦਾਂ ਫਿਰ ਤੈਨੂੰ ਸੱਪ ਹੀ ਸੁੰਘ ਜਾਂਦਾ ਵਾ। ਮੇਰੇ ਤਾਂ ਆਖੇ ਨਾਲ ਇਹਨਾਂ ਦੋਵਾਂ ਨੇ ਇੱਕ ਨੇ ਨਹੀਂ ਲੱਗਣਾ ਕਿਤੇ। ਉਹਦੇ ਬਾਰੇ ਕਿੱਦਾਂ ਦੀਦੀ, ਮੈਂ ਤਾਂ ਛੱਟ ਚਾਹ ਬਣਾ ਲਿਆਉਣੀ ਆ, ਆਹ ਤੁਸੀਂ ਪੀਓ। हाँ जी मम जी। मेरिया तो कभी घुटिया नहीं, जठाणी की तो बड़ी सेवा होन डी है। हूँ घट रही नहीं मम जी, हूँ घुटिया, हूँ की घटाया तेरे को, कह के घटाइया तो फिर की घटाइया। ये बड़िया दोवें कट्ठिया कट्ठिया रेंदिया ना, है ना, मैनू भी कोई स्कीम लाउणी पैनी आ, कल ही लाउनी आ कोई स्कीम इन्हां नूं अड करन दी। वेखी भला इह किद्दां रहिंदियां फिर कट्ठियां। एक सूट मैं कढ़िया अज, दोवां नूं दोंगी एक सूट, ते वेखदे आं किहड़ी सूट रखदी है। जिद्दां कहावत बणी आ ना, दोवां बिटियां नूं इक रोटी, ओह लड़ लड़ के मर जांदियां रोटी तां, ते जे लड़नगियां ना तो सड़न गया तो सही एक दूजी तो, कि इन्हें सूट रख लिया, इन्हें सूट रख लिया, मैनू नहीं दिता। ਨਾ ਭਿੰਡੀਆਂ ਦੀ ਸਬਜ਼ੀ ਤੁਸੀਂ ਬਣਾਇਆ, ਤੁਸੀਂ ਜਾਡੀ ਸਵਾਦ ਬਣਾਉਂਦੇ ਜੇ। ਠੀਕ ਹੈ, ਮੈਂ ਹੀ ਬਣਾ ਲੂੰਗੀ ਭਿੰਡੀਆਂ ਸਬਜ਼ੀ, ਅਤੇ ਰੋਟੀ ਫਿਰ ਮੈਂ ਬਣਾ ਲਾਂਗੀ ਅਤੇ ਭਾਂਡੇ ਮਾਂਜ ਦਾਂਗੀ। ਠੀਕ ਆ। ਲਖਿੰਦਰ ਸੰਦੀਪ, ਹਾਂਜੀ, ਮੈਂ ਬੈੱਡ ਖੋਲਿਆ ਤਾਂ ਮੈਨੂੰ ਸੂਟ ਬੜਾ ਸੋਹਣਾ ਲੱਗਾ ਆ। ਅੱਛਾ, ਅਤੇ ਮੈਂ ਚੱਲ ਤਾਂ ਦੇ ਦਿੰਦੀ, ਤੁਸੀਂ ਜਿੰਨੇ ਸਵਾਉਣਾ ਸਵਾ ਲਓ। ਮੈਂ ਹੀ ਸਵਾ ਲੈਂਦੀ ਮੰਮ ਜੀ, ਸੂਟ ਤਾਂ ਬੜਾ ਸੋਹਣਾ। ਨਹੀਂ ਸੰਦੀਪ, ਮੈਂ ਸਵਾ ਲੈਂਦੀ ਹਾਂ, ਸੂਟ ਜ਼ਿਆਦਾ ਸੋਹਣਾ ਆ। ਨਹੀਂ ਦੀਦੀ, ਮੈਂ ਸਵਾ ਲੈਂਦੀ, ਮੇਰੇ ਕੋਲ ਕੋਈ ਰੰਗ ਨਹੀਂ ਹੈਗਾ। ਲੱਗਦਾ ਸਕੀਮ ਕੰਮ ਕਰ ਹੀ ਗਈ ਆ, ਜਿੱਦਾਂ ਮੈਂ ਸੋਚਿਆ ਸੀ ਉੱਦਾਂ ਹੀ ਹੋ ਗਿਆ, ਲਾੜੀ ਪਈਆਂ ਸੂਟ ਤੋਂ। ਮੈਂ ਸਵਾਉਣੀ ਦੀਦੀ ਸੂਟ? ਨਹੀਂ ਸੰਦੀਪ, ਮੈਂ ਸਵਾਉਣੀ ਆ ਇਹ ਸੂਟ। ਚਲੋ ਠੀਕ ਆ, ਸਵਾ ਲਓ ਫਿਰ, ਸੋਹਣਾ ਲੱਗਣ ਦਾ ਤੁਹਾਨੂੰ ਤਾਂ। ਨਹੀਂ ਸੰਦੀਪ ਸੱਚ, ਮੈਨੂੰ ਯਾਦ ਆਇਆ, ਮੇਰੇ ਤੋਂ ਤਾਂ ਇਹੀ ਕਲਰ ਦੇ ਦੋ ਅੱਗੇ ਸੂਟ ਹੈਗੇ ਆ, ਹੁਣ ਤੂੰ ਸਵਾ ਲੈ। ਨਹੀਂ ਫਿਰ ਕੀ ਹੋ ਗਿਆ, ਸੂਟ ਹੈਗੇ ਤਾਂ ਸਵਾ ਲਓ, ਆ ਵੀ ਲੈ ਇੱਕੋ ਰੰਗ ਦੇ ਸੂਟ ਇਕੱਠੇ ਕਰਕੇ ਮੈਂ ਕੀ ਕਰਨਾ, ਤੂੰ ਸਵਾ। ਦੀਦੀ ਕੋਈ ਨਹੀਂ, ਸਵਾ ਲਓ, ਤੂੰ ਸਵਾ ਲੈ, ਸੋਹਣਾ ਲੱਗਣਾ ਤੈਨੂੰ। ਚਲੋ ਠੀਕ ਆ ਫਿਰ, ਸਵਾ ਲੈਂਦੀ ਮੈਂ ਵੀ। ਹਾਂ ਜੇ ਰੱਖਣਾ ਤੁਸੀਂ ਤਾਂ ਦੇਖ ਲਓ ਰੰਗ। ਨਹੀਂ ਤੂੰ ਸਵਾ ਸੂਟ, ਮੇਰੇ ਤੋਂ ਪਹਿਲਾਂ ਹੀ ਹੈਗੇ ਮੇਰੇ ਸੂਟ। ਮੇਰੀ ਤਾਂ ਇਹ ਵੀ ਸਕੀਮ ਫੇਲ ਹੋ ਗਈ, ਇਹ ਤਾਂ ਲੜਦੀਆਂ ਹੀ ਨਹੀਂ ਗੀਆਂ। ਆਖਿਰ ਮੈਂ ਵੀ ਸੱਪ ਹਾਂ, ਓਹੋ ਮੈਂ ਵੀ ਸੱਸ ਹਾਂ, ਮੈਂ ਵੀ ਲੜਾ ਕੇ ਛੱਡੂ ਇਹਨਾਂ ਨੂੰ। ਮੰਮੀ ਜੀ ਇੱਥੇ ਆ ਕੇ ਵੇਖ ਲਓ ਟੀ ਵੀ, ਸਾਈਡ ਤੋਂ ਤਾਂ ਟੀ ਵੀ ਨਹੀਂ ਦੇਖਦਾ। ਨਹੀਂ ਨਹੀਂ ਲਖਵਿੰਦਰ, ਮੈਂ ਇੱਥੇ ਠੀਕ ਹਾਂ। ਇੱਥੋਂ ਵੇਖਣ ਦਾ ਤਾਂ ਮਜ਼ਾ ਹੀ ਨਹੀਂ ਆਉਂਦਾ, ਟੇਢਾ ਜਿਹਾ ਦਿਖਦਾ, ਇੱਥੇ ਆ ਜਾਓ। ਟੇਢਾ ਦਿਖਣ ਡਿਆ, ਦਿਖਣ ਤਾਂ ਡਿਆ ਵਾ ਨਾ, ਕਿਸੇ ਦੀ ਗੱਲ ਤਾਂ ਨਹੀਂ ਸੁਣਨੀ ਪਊ। ਕੀ ਮਤਲਬ ਮੰਮੀ ਜੀ? ਤੈਨੂੰ ਨਹੀਂ ਪਤਾ ਇਹ ਸੋਫੇ ਜਿਹੜੇ ਸੰਦੀਪ ਦੇ ਦਾਜ ਦੇ ਸੋਫੇ ਆ, ਅਤੇ ਮੈਂ ਤਾਂ ਉਹਨੂੰ ਕਹਿੰਦੀ ਸੁਣਿਆ ਸੀ
ਵੀ ਇੱਥੇ ਸੋਫਿਆਂ 'ਤੇ ਬਹਿ ਬਹਿ ਸਾਰੇ ਸੋਫੇ ਮੇਰੇ ਖਰਾਬ ਕਰਦੇ ਆ ਅਤੇ ਮੈਂ ਤਾਂ ਹੁਣ ਕਦੀ ਵੀ ਨਹੀਂ ਬਹਿਣਾ ਇਹਨਾਂ ਸੋਫਿਆਂ 'ਤੇ ਮੈਂ ਇੱਥੇ ਸਾਈਡ 'ਤੇ ਹੀ ਠੀਕ ਹਾਂ ਸਾਈਡ ਤੋਂ ਦੇਖ ਲੂੰਗੀ ਮੈਂ ਠੀਕ ਕਿਸੇ ਦੀ ਗੱਲ ਸੁਣਨ ਨਾਲੋਂ ਤਾਂ ਚੰਗਾ ਹੀ ਆ ਇੱਥੇ ਸਾਈਡ 'ਤੇ ਬਹਿ ਕੇ ਵੇਖ ਲਓ ਅੱਛਾ ਮੰਮੀ ਜੀ ਆਹ ਗੱਲ ਆ ਪਰ ਮੈਨੂੰ ਲੱਗਦਾ ਸੰਦੀਪ ਇਹ ਕਹਿ ਨਹੀਂ ਸਕਦੀ ਅੱਛਾ ਸੰਦੀਪ ਇੱਦਾਂ ਕਹਿ ਨਹੀਂ ਸਕਦੀ ਇਹਦਾ ਮਤਲਬ ਫਿਰ ਇਹੋ ਆ ਨਾ ਵੀ ਮੈਂ ਝੂਠ ਬੋਲਦੀ ਹਾਂ ਨਹੀਂ ਨਹੀਂ ਮੰਮੀ ਜੀ ਤੁਸੀਂ ਝੂਠ ਥੋੜ੍ਹੀ ਬੋਲਦੇ ਆ ਹੋ ਸਕਦਾ ਦੀਦੀ ਨੇ ਕਿਹਾ ਹੀ ਹੋਏ ਚਲੋ ਮੈਂ ਵੀ ਇੱਥੇ ਹੀ ਆ ਜਾਂਦੀ ਹਾਂ ਕੱਲ੍ਹ ਨੂੰ ਮੈਨੂੰ ਵੀ ਨਾ ਕਵੇ ਹੈਲੋ ਮੰਮੀ ਜੀ ਔਰੇਂਜ ਖਾ ਲਓ ਨਹੀਂ ਨਹੀਂ ਸੰਦੀਪ ਮੈਂ ਨਹੀਂ ਖਾਣਾ ਕੀ ਹੋਇਆ ਮੰਮੀ ਜੀ ਤੁਹਾਨੂੰ ਤਾਂ ਬੜੇ ਪਸੰਦ ਵਾ ਤੁਸੀਂ ਤਾਂ ਖਾਂਦੇ ਜੇ ਨਾਲੇ ਸੰਦੀਪ ਪਸੰਦ ਤਾਂ ਆਇਆ ਮੈਨੂੰ ਬਹੁਤ ਪਰ ਮੈਂ ਖਾ ਕੇ ਕਿਸੇ ਦੀਆਂ ਗੱਲਾਂ ਥੋੜ੍ਹੀ ਸੁਣਨੀਆਂ ਵਾ ਕਿਹਦੀਆਂ ਗੱਲਾਂ ਸੁਣਨੀਆਂ ਮੰਮੀ ਜੀ ਤੈਨੂੰ ਨਹੀਂ ਪਤਾ ਪਰਸੋਂ ਲਖਵਿੰਦਰ ਦੇ ਪੇਕੇ ਆਏ ਸੀਗੇ ਉਹ ਲੈ ਕੇ ਆਏ ਆਏ ਅਤੇ ਕੱਲ੍ਹ ਉਹਨੂੰ ਮੈਂ ਆਪਣੇ ਘਰ ਵਾਲੇ ਨਾਲ ਗੱਲਾਂ ਕਰਦੀ ਸੁਣਿਆ ਵੀ ਸੰਤਰੇ ਮੇਰੇ ਪੇਕਿਆਂ ਤੋਂ ਆਏ ਅਤੇ ਖਾ ਇਹ ਦੋਵੇਂ ਨੌ ਸੱਸ ਗਈਆਂ ਵਾ ਮੇਰੇ ਹੱਥ 'ਤੇ ਇੱਕ ਵੀ ਨਹੀਂ ਲੱਗਾ ਅੱਛਾ ਦੀਦੀ ਇੱਦਾਂ ਕਹਿ ਤਾਂ ਨਹੀਂ ਸਕਦੇ ਇਹਦਾ ਮਤਲਬ ਕੀ ਹੈ ਫਿਰ ਮੈਂ ਝੂਠ ਬੋਲਣ ਡਈ ਹਾਂ ਨਹੀਂ ਮੰਮੀ ਜੀ ਤੁਸੀਂ ਕਿਉਂ ਝੂਠ ਬੋਲਣਾ ਚਲੋ ਠੀਕ ਆ ਮੈਂ ਵੀ ਰਹਿਣ ਦਿੰਦੀ ਫਿਰ ਮੈਂ ਵੀ ਨਹੀਂ ਖਾਣਾ ਹੈਗਾ ਹੁਣ ਵੇਖਦੀ ਹਾਂ ਬੜੀਆਂ ਜੋੜ ਜੋੜ ਬਹਿੰਦੀਆਂ ਹੈਗੀਆਂ ਓਹੋ ਚੱਪਲ ਵੀ ਟੁੱਟ ਗਈ ਆ ਦੀਦੀ ਕੋ ਮੰਗ ਲਈ ਨਹੀਂ ਦੀਦੀ ਹਾਂਜੀ ਸੰਦੀਪ ਕੋਈ ਚੱਪਲ ਦਿਓ ਆਪਣੀ ਮੇਰੀ ਟੁੱਟ ਗਈ ਆ ਮੈਨੂੰ ਯਾਦ ਨਹੀਂ ਰਿਹਾ ਨਵੀਂ ਲਿਆਉਣ ਦਾ ਸੰਦੀਪ ਮੇਰੀ ਚੱਪਲ ਵੀ ਨਹੀਂ ਲੱਭਣ ਦੀ ਪਤਾ ਨਹੀਂ ਮੈਂ ਕਿੱਥੇ ਰੱਖਤੀ ਆ ਤੂੰ ਇਵੇਂ ਕਰ ਮੰਮੀ ਦੀ ਚੱਪਲ ਪਾ ਕੇ ਚੱਲ ਜਾ ਮੰਮੀ ਦੀ ਹਾਂਜੀ ਚਲੋ ਠੀਕ ਆ ਦਿੰਦੀ ਹਾਂ ਮੈਨੂੰ ਚੱਪਲ ਇਹਦੇ ਸੋਫੇ ਗੰਦੇ ਹੁੰਦੇ ਆ ਸਾਡੀ ਚੱਪਲ ਨਹੀਂ ਗੰਦੀ ਹੁੰਦੀ ਅੱਜ ਤੋਂ ਬਾਅਦ ਇਹਨੂੰ ਕੁਛ ਨਹੀਂ ਰਿਹਾ ਕਰਨਾ ਇੰਨੀ ਮਹਿੰਗੀ ਚੱਪਲ ਇਹਨੂੰ ਦੇ ਦਾਂ ਮੈਂ ਚੱਪਲ ਦੇਣ ਤੋਂ ਵੀ ਮਨਾ ਕਰਤਾ ਵਾ ਭਲਾ ਜੇ ਕਿਸੇ ਨੇ ਚੀਜ਼ ਦੇਣੀ ਹੋਏ ਤਾਂ ਉੱਠ ਕੇ ਲੱਭ ਨਹੀਂ ਸਕਦਾ ਹੈਗਾ ਠੀਕ ਹੀ ਕਹਿੰਦੇ ਸੀ ਮੰਮੀ ਇਹਨੇ ਪੱਕਾ ਆਪਣੇ ਪੇਕਿਆਂ ਵੱਲੋਂ ਕਿਹਾ ਨਾ ਵੀ ਮੇਰੇ ਪੇਕੇ ਲੈ ਕੇ ਆਉਂਦੇ ਆ ਅਤੇ ਆਪੇ ਖਾਈ ਜਾਂਦੇ ਦੋਵੇਂ ਕੋਈ ਨਹੀਂ ਮੈਂ ਤਾਂ ਵੀ ਦੀਦੀ ਦੀਦੀ ਕਰਦੀ ਰਹਿੰਦੀ ਸੀ ਮੈਂ ਵੀ ਨਹੀਂ ਹੁਣ ਕੋਈ ਚੀਜ਼ ਦੇਣੀ ਇਹਨੂੰ ਮੰਮੀ ਜੀ ਹਾਂ ਤੁਸੀਂ ਨਾ ਉਦਣ ਸਹੀ ਕਹਿਣ ਦੇ ਸੀ ਅੱਛਾ ਕੀ ਉਹ ਦੀਦੀ ਵੱਲੋਂ ਅੱਜ ਮੈਂ ਉਹਨਾਂ ਕੋਲ ਜੁੱਤੀ ਮੰਗੀ ਮੈਂ ਕਿਹਾ ਮੇਰੀ ਜੁੱਤੀ ਟੁੱਟ ਗਈ ਹੈ ਅਤੇ ਨਵੀਂ ਲੱਭ ਦਿਓ ਤੁਸੀਂ ਕੋਈ ਆਪਣੀ ਦੇ ਦਿਓ ਅੱਛਾ ਅਤੇ ਉਹਨਾਂ ਸਾਫ਼ ਮਨਾ ਕਰਤਾ ਕਹਿੰਦੇ ਲੱਭਣ ਵਾਲੀ ਕਿਤੇ ਅਤੇ ਤੂੰ ਮੰਮੀ ਦੀ ਪਾ ਲਾ ਜਾ ਕੇ ਭਲਾ ਜੇ ਕਿਸੇ ਨੇ ਦੇਣੀ ਹੋਏ ਤਾਂ ਉੱਠ ਕੇ ਲੱਭ ਹੀ ਸਕਦਾ ਸੀ ਆਹੋ ਤਾਂ ਜੁੱਤੀ ਘਰੇ ਹੋਊਗੀ ਕਿਹੜੀ ਕਿਤੇ ਗਈ ਜੁੱਤੀ ਉਹਦੀ ਹਾਂਜੀ ਤੂੰ ਤਾਂ ਉੱਦਣ ਵੀ ਕਹਿੰਦੇ ਦੀਦੀ ਨਹੀਂ ਇਹ ਗੱਲ ਕਰ ਸਕਦੀ ਮੈਨੂੰ ਕੀ ਪਤਾ ਸੀ ਮੰਮੀ ਜੀ ਮੈਂ ਤਾਂ ਕਿਹਾ ਚੱਲ ਚੰਗੇ ਦੀਦੀ ਤੂੰ ਉੱਦਣ ਵੀ ਉੱਥੇ ਕਿੱਦਾਂ ਲੰਮੀਆਂ ਪਈ ਮਾਰ ਲੱਤਾਂ ਘਟਾਉਣ ਡਈ ਤੇਰੇ ਕੋਲ ਤੇਰੀਆਂ ਵੀ ਕਦੀ ਘੁੱਟੀਆਂ ਉਹਨੇ ਮੇਰੀ ਹੱਥ ਨਹੀਂ ਘੁੱਟੀਆਂ ਮੰਮੀ ਜੀ ਕਦੀ ਵੀ ਨਾ ਤਾਂ ਤੂੰ ਤਾਂ ਫਿਰ ਉਹਦੇ ਲਾਗੇ ਲਾਗੇ ਭੱਜ ਭੱਜ ਜਾਂਦੀ ਹੈ ਹੁਣ ਨਹੀਂ ਜਾਂਦੀ ਮੰਮੀ ਜੀ ਮੈਂ ਵੇਖ ਲਿਆ ਮੈਂ ਬੜੀ ਦੀਦੀ 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 ਹੁੰਦੀ ਸੀਗੀ ਹੁਣ ਪਤਾ ਲੱਗ ਗਿਆ ਨਾ ਹਾਂਜੀ ਮੈਂ ਤਾਂ ਉਹਦੇ ਚਾਹ ਵੀ ਸਪੈਸ਼ਲ ਬਣਾ ਕੇ ਦਿੱਤੀ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਆਪਣੀ ਬਾਅਦ 'ਚ ਬਣਾ ਲੈਂਦੀ ਫਿਰ ਦੁਬਾਰਾ ਤਾਂ ਇੱਕ ਚੱਪਲ ਹੀ ਮੰਗੀ ਉਹ ਵੀ ਨਹੀਂ ਦਿੱਤੀ ਹੈਗੀ ਚੱਲ ਚੰਗਾ ਤੈਨੂੰ ਵੀ ਹੁਣ ਪਤਾ ਲੱਗਾ ਨਾ ਵੀ ਕਿੱਦਾਂ ਦੀ ਆ ਹਾਂਜੀ ਹੁਣ ਮੈਂ ਵੀ ਨਹੀਂ ਕੋਈ ਚੀਜ਼ ਦਿਆ ਕਰਨੀ ਆਪਣੀ ਉੱਠ ਕੇ ਤਾਂ ਲੱਭ ਰਹੀ ਨਾ ਤਾਂ ਕੀ ਸੀਗਾ ਇੱਕ ਚੱਪਲ ਹੀ ਨਾਲੇ ਹੁਣ ਤਾਂ ਜੇ ਕੋਈ ਉਹਦੇ ਪੇਕਿਆਂ ਤੋਂ ਸਮਾਨ ਵੀ ਆਇਆ ਨਾ ਮੈਂ ਵੀ ਨਹੀਂ ਖਾਇਆ ਕਰਨਾ ਤੁਸੀਂ ਵੀ ਨਾ ਖਾਇਓ ਆਪੇ ਇਕੱਲੀ ਖਾਇਆ ਕਰੋ ਖਾਣਾ ਮੈਂ ਤਾਂ ਉਦਣ ਕਿਹਾ ਵੀ ਨਾ ਖਾ ਹਾਂਜੀ ਅਸੀਂ ਨਹੀਂ ਖਾਇਆ ਕਰਨਾ ਚਲੋ ਠੀਕ ਆ ਮੈਂ ਕੰਮ ਕਰ ਲਾ ਠੀਕ ਆ ਹੁਣ ਗੇਮ ਸ਼ੁਰੂ ਹੋਈ ਆ ਹੁਣ ਮਜ਼ਾ ਆਊਗਾ ਮੰਮੀ ਜੀ ਅਲਬਰਟਾ ਤੁਹਾਨੂੰ ਕੀ ਹੋਇਆ ਕੀ ਹੋਇਆ ਸੰਦੀਪ ਜੁੱਤੀ ਮੰਗਣ ਆਈ ਮੇਰੇ ਤੋਂ ਅੱਛਾ ਮੈਂ ਉਹਨੂੰ ਮਨਾ ਕਰਤਾ ਮੈਂ ਕਿਹਾ ਲੱਭਣ ਵਾਲੀ ਹੈ ਮੰਮੀ ਦੀ ਪਾ ਲੈ ਮੈਂ ਨਹੀਂ ਦਿੱਤੀ ਉਹਨੂੰ ਜੁੱਤੀ ਚੰਗਾ ਕੀਤਾ ਨਹੀਂ ਦਿੱਤੀ ਤੇ ਉਹਨੂੰ ਬੜਾ ਹੰਕਾਰ ਹੀ ਆਪਣੇ ਦਾਜ ਦਾ ਤੇ ਜੁੱਤੀਆਂ ਜੱਤੀਆਂ ਨਵੀਆਂ ਨਹੀਂ ਲੈ ਸਕਦੀ ਤੇਰੇ ਕੋਲ ਮੰਗਣ ਤੁਰ ਪੈਂਦੀ ਹੈ ਜੇ ਇਹਨੂੰ ਇੰਨਾ ਹੀ ਹੰਕਾਰ ਆਪਣੀਆਂ ਚੀਜ਼ਾਂ ਆਪ ਲਿਆ ਕਰੇ ਮੈਂ ਨਹੀਂ ਕੁਛ ਵੀ ਦਿਆ ਕਰਨਾ ਕੁਛ ਨਾ ਦਿਆ ਕਰ ਉਹਨੂੰ ਨਾ ਕਰ ਦਿਆ ਕਰ ਸਾਫ਼ ਹੀ ਇੱਕ ਦਿਨ ਅੱਗੇ ਵੀ ਆਈ ਸੀ ਕਹਿੰਦੀ ਮੇਰੀ ਚੁੰਨੀ ਨਹੀਂ ਲੱਭਦੀ ਹੈਗੀ ਮੈਂ ਉਹਨੂੰ ਚੁੱਕ ਕੇ ਆਪਣਾ ਨਵਾਂ ਹੀ ਸੂਟ ਦੇ ਦਿੱਤਾ ਕਿ ਆਹੀ ਪਾ ਲੈ ਤੂੰ ਕੋਈ ਨਹੀਂ ਗੱਲ ਹੁੰਦੀ ਅੱਛਾ ਅੱਗੇ ਤੋਂ ਧਿਆਨ ਰੱਖੀ ਕੋਈ ਚੀਜ਼ ਨਹੀਂ ਉਹਨੂੰ ਦੇਣੀ ਮੈਂ ਉਹਨੂੰ ਕੁਛ ਨਹੀਂ ਦਿਆ ਕਿ ਆਪਣੀਆਂ ਚੀਜ਼ਾਂ ਖਰੀਦੇ ਤੇ ਆਪਣੀਆਂ ਮਰਦਾ ਮੇਰੇ ਕੋਲ ਹੈ ਨਹੀਂ ਕੁਛ ਵੀ ਤੇਰੇ ਵਾਸਤੇ ਜੇ ਇਹਦੇ ਸੋਫੇ ਖਰਾਬ ਹੁੰਦੇ ਤੁਹਾਡੀਆਂ ਚੀਜ਼ਾਂ ਨਹੀਂ ਖਰਾਬ ਹੁੰਦੀਆਂ ਹੈਗੀਆਂ ਆਹੋ ਉਹਨਾਂ 'ਤੇ ਨਹੀਂ ਪੈਸੇ ਲੱਗੇ
ਸੋਫੀਆ ਦਾ ਤਾਂ ਬੜਾ ਤੈਨੂੰ ਮੈਂ ਉਦੋਂ ਕਿਹਾ ਸੀ ਕਹਿੰਦੀ ਸੰਦੀਪ ਇੰਨੀ ਗੱਲ ਨਹੀਂ ਕਹਿ ਸਕਦੀ ਮੈਨੂੰ ਸੰਦੀਪ ਤਾਂ ਬੜੀ ਚੰਗੀ ਆ ਮੈਨੂੰ ਕੀ ਪਤਾ ਸੀਗਾ ਮੈਂ ਤਾਂ ਉਹਨੂੰ ਆਪਣੀ ਨਿੱਕੀਆਂ ਭੈਣਾਂ ਵਾਂਗੂ ਸਮਝਦੀ ਸੀਗੀ ਚੱਲ ਕੋਈ ਨਹੀਂ ਅੱਗੇ ਤੋਂ ਧਿਆਨ ਰੱਖੀ ਹੁਣ ਹਾਂਜੀ ਹੁਣ ਨਹੀਂ ਉਹਨੂੰ ਕੁਛ ਵੀ ਦਿਆ ਕਰਨਾ ਹਾਂ ਮੈਂ ਤਾਂ ਤੁੱਕਾ ਹੀ ਲਾਇਆ ਸੀ ਇਹ ਤਾਂ ਤੀਰ ਨਿਸ਼ਾਨੇ 'ਤੇ ਲੱਗ ਗਿਆ ਹੁਣ ਚੰਗੀਆਂ ਦੋਵੇਂ ਭੜਕੀਆਂ ਫਿਰਦੀਆਂ ਇੱਕ ਦੂਜੇ 'ਤੇ ਹੁਣ ਆਊਗਾ ਮਜ਼ਾ